ਸਾਲਾ ਯਕੀਨ ਨੀ ਕਰਦੇ ਠੀਕ ਆ ਮੈਂ ਨੀ ਚਾਹੁੰਦੀ ਵੀ ਕੱਲ ਨੂੰ ਮੌਕੇ ਤੇ ਆ ਕੇ ਕੋਈ ਸਾਲਾ ਪੈਰ ਖਿੱਚ ਜੇ ਤੇ ਕਿਸੇ ਜਾਨ ਨੂੰ ਸਿਆਪਾ ਪੈ ਜੇ ਠੀਕ ਆ ਇਹੋ ਜਿਹੇ ਬੰਦਿਆਂ ਦੇ ਭਰੋਸੇ ਤੇ ਮੈਂ ਵੈਸੇ ਨੀ ਰਹਿੰਦੀ ਹੁੰਦੀ ਨਾ ਹੀ ਚਲੋ ਜੀ ਪਹੁੰਚ ਗਏ ਆਪਾਂ ਵੇਅਰ ਹਾਊਸ ਕੈਫੇ ਅੰਕਲ ਉੱਥੇ ਗੱਡੀ ਕਿਵੇਂ ਕੱਢਣਗੇ ਉਹ ਵੇਅਰ ਹਾਊਸ ਕੈਫੇ बंदे पटाने में लगा वो नेम साहब गल नहीं करती कुड़ी वेरी नाइस ਸ਼ਕਲਾਂ ਤਾਂ ਕਿਸੇ ਦੀਆਂ ਚੰਗੀ ਤਰ੍ਹਾਂ ਦਿਖਦੀਆਂ ਨੀਗੀਆਂ ਮੈਂ ਕਿਹਾ ਸ਼ਕਲਾਂ ਤਾਂ ਕਿਸੇ ਦੀਆਂ ਦਿਖਦੀਆਂ ਹੈਲੋ ਰਹਿਮਤ ਪਹਿਲੀ ਵਾਰ ਆਏ ਹੋਣੇ ਆ ਹੈਲੋ ਰਹਿਮਤ ਕਿੱਥੇ ਆ ਗਏ ਮਾਮੂ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਆਪਾਂ ਨੋਨੂ ਮਾਮੂ ਕਿੱਥੇ ਮੰਨੂ ਮੰਨੂ ਮਾਮੂ ਕਿੱਦਾਂ ਸੀ ਹੈਪੀ ਬਰਥਡੇ ਮੰਨੂ ਓਏ ਰਹਿਮਤ ਰਹਿਮਤ ਮਾਮੂ ਨੂੰ ਹੈਪੀ ਬਰਥਡੇ ਕਿਹਾ ਸੀ ਹੈਪੀ ਬਰਥਡੇ ਕਿਹਾ ਸੀ ਕਲੈਪਿੰਗ ਕਰਕੇ ਹੈਪੀ ਬਰਥਡੇ ਕਰ ਕਰਿਓ ਹੈਪੀ ਬਰਥਡੇ ਮੰਗਾਓ ਜਿਹੜਾ ਕੁਛ ਵੀ ਮੰਗਾਉਣਾ ਨਾਰਮਲ ਡਰਿੰਕਸ ਦੇਖਾ ਸਭ ਮਨਜ਼ੂਰ ਹੈ ਵੈਸੇ ਵੀ ਐਨਕ ਤੋਂ ਬਿਨਾਂ ਸਾਡੇ ਵਰਗੇ ਨੂੰ ਦਿਖਦਾ ਹੀ ਕਿੱਥੇ ਆ ਡਰਿੰਕ ਤਾਂ ਨਹੀਂ ਕਰਨੀ ਤੁਸੀਂ ਹੈ ਡਰਿੰਕ ਤਾਂ ਨਹੀਂ ਕਰਨੀ ਤੁਸੀਂ ਹਾਂ ਜ਼ਰੂਰ ਰਾਧਾ ਸਵਾਮੀ ਬੰਦੇ ਆ ਬਾਈ ਇੱਕ ਪੀਸ ਹੋਰ ਰੱਖ ਦੋ ਸਵਾਦ ਬਹੁਤ ਆ ਬਣ ਕੇ ਬਣਨਾ ਨਹੀਂ ਹੋਣਾ ਲੈ ਹੋਰ ਮਾਮਾ ਦੀਪ ਆਲੂ ਆਪਦੇ ਹੱਥ ਚ ਨਾਲੇ ਕੱਤ ਮੂੰਹ ਚ ਪਾ ਰਹੇ ਨਾਲੇ ਕਹਿ ਰਹੇ ਵੀ ਉਹਨੂੰ ਖਾ ਮੈਨੂੰ ਆਪਾਂ ਵੀ ਚੇਅਰਸ ਕਰ ਲਓ ਹੈਪੀ ਬਰਥਡੇ ਮੰਨੂ ਆ ਦੇਖੋ ਮੇਰਾ ਵਲੌਗ ਮੈਂ ਸ਼ੁਰੂ ਕੀਤਾ ਹੈ ਆਪਣਾ ਚੈਨਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ
ਦਾ ਤੇਰੇ ਮੂੰਹ ਚ ਕੇਕ ਪਾ ਰਹੇ ਕੇਕ ਹੈਪੀ ਬਰਥਡੇ ਮੰਨੂ ਖਾ ਲਿਆ ਹੈਪੀ ਬਰਥਡੇ ਪਤੀ ਐ ਬੜੇ ਉੱਤਰ ਗੱਡੀ ਗਿਆ ਕਿਦਾਂ ਬੈਠ ਗਿਆ ਲਾ ਬਾਪੂ ਨੇ ਕੀ ਕਿਹਾ ਕੀ ਕਹਿ ਰਿਹਾ ਤੂੰ ਹਾਂ ਚਾਕਲੇਟ ਲੈ ਦੀਦੀ ਤੂੰ ਤਾਂ ਛੋਟਾ ਮੰਨੂ ਆ ਹਾਂ ਛੋਟੇ ਮੰਨੂ ਨੇ ਤਾਂ ਖਾਤਾ ਹੈ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਓ ਮੇਰੀ ਚੋਰੀ ਬੱਚੀ ਕੇਕ ਤਾਂ ਬੜੇ ਹੈਪੀ ਬਰਥਡੇ ਟੂ ਯੂ ਪੂਰਾ ਕੇਕ ਕਹਿੰਦਾ ਮੈਨੂੰ ਇਹ ਖਿਲਾ ਦੋ ਹੈਲੋ ਮੂੰਹ ਛਾਪ ਕਰ ਚਲੋ ਬਈ
ਸਬਸਕ੍ਰਾਈਬਰ 56 ਹੋਇਆ ਹਲੇ ਬਟਰ ਨਾਨ ਸ਼ਾਹੀ ਪਨੀਰ ਦਾਲ ਹੈਲੋ ਜੀ, ਗੁਡ ਮਾਰਨਿੰਗ। ਨਮਸਤੇ, ਸਲਾਮ। ਅੱਜ ਆਪਾਂ ਵੈਨਸਡੇ ਬੁੱਧਵਾਰ ਦਾ ਵਲੌਗ ਸ਼ੁਰੂ ਕਰ ਰਹੇ ਹਾਂ। ਬ੍ਰੇਕਫਾਸਟ ਤੋਂ ਸ਼ੁਰੂ ਹੋ ਜਾਂਦਾ ਹੈ ਆਪਣਾ ਵਲੌਗ। ਆ ਵੇਖੋ, ਅੱਜ ਫਿਰ ਮੱਕੀ ਦੀਆਂ ਰੋਟੀਆਂ। ਅੱਜ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਚੌਲਾਂ ਦਾ ਆਟਾ ਪਾਇਆ ਹੈ, ਚਾਵਲ ਦਾ, ਵਿੱਚ ਵਾਈਟ ਮੱਕੀ ਦਾ ਆਟਾ, ਵਿੱਚ ਦੂਸਰਾ ਦੇਸੀ ਮੱਕੀ ਦਾ ਆਟਾ, ਵਿੱਚ ਪਾਇਆ ਹੈ ਆਲੂ ਉਬਾਲ ਕੇ, ਧਨੀਆ, ਮੇਥੀ, ਹਰੀਆਂ ਮਿਰਚਾਂ। ਦੇਖਦੇ ਹਾਂ ਕੈਸੇ ਬਣਦੀ ਹੈ ਰੋਟੀ। ਰੋਟੀ ਫੁੱਲੀ ਨੀ ਹੈਗੀ, ਇੰਨੀ ਸੋਹਣੀ ਫੁੱਲ ਜਾਂਦੀ ਆ ਰੋਟੀ। ਪਹਿਲਾਂ ਹੀ ਦੱਬ ਦਿੱਤੀ ਉੱਪਰੋਂ। ਰੋਟੀ ਫੁਲਾਉਣੀ ਹੋਵੇ ਤਾਂ ਜ਼ਿਆਦਾ ਨੀ ਦੱਬਣੀ ਚਾਹੀਦੀ। ਆ ਬਣ ਗਈ ਇੱਕ ਰੋਟੀ ਆਪਣੀ। ਰੋਟੀ ਦੀ ਤਾਂ ਹੁਣ ਰੁਟੀਨ ਹੀ ਬਣ ਗਈ ਹੈ, ਕਿੰਨੀ ਛੋਨੀ ਖਾਣੀ ਹੁੰਦੀ ਹੈ। ਕਦੇ ਮੱਕੀ ਦੀ ਰੋਟੀ, ਰਾਈਸ, ਆਟੇ ਦੀ ਰੋਟੀ ਮਿਕਸ ਕਰਕੇ। ਚੂੜਾ ਵਧਾਉਣ ਦੀ ਰਸਮ ਪ੍ਰੀਤੀ ਵੱਲੋਂ ਭਾਬੀ ਦਾ ਚੂੜਾ ਵਧਾਇਆ ਜਾ ਰਿਹਾ ਹੈ। ਫਿਰ ਨਿਸ਼ੂ ਨੇ ਨਵਾਂ ਚੂੜਾ ਪਾਉਣਾ ਹੈ।
ਕਹਿੰਦੀ ਮੈਂ ਹੋਰ ਵਧੀਆ ਜਿਹਾ ਸੋਹਣਾ ਜੇ ਨਵਾਂ ਚੂੜਾ ਲੈ ਕੇ ਆਉਂਗੀ। ਗਿਫਟ ਵੀ ਹੁੰਦਾ ਏ ਸੱਚੋ ਗਿਫਟ ਹੁੰਦਾ ਏ। ਅੱਛਾ ਮੈਨੂੰ ਤਾਂ ਏਦਾਂ ਵੀ ਪ੍ਰੀਤੀ ਏਦਾਂ ਰਸਮ ਕਰਦੇ ਹੁੰਦੇ ਨੇ, ਮੈਨੂੰ ਤਾਂ ਇਹਦੇ ਬਾਰੇ ਵੀ ਨੀ ਸੀ ਪਤਾ। ਆਪਾਂ ਵੀ ਹੁਣ ਖਾਈਏ ਪਰਾਂਠੀ ਨੀ ਮੱਕੀ ਵਾਲੀ ਰੋਟੀ ਨਾਲ ਚਾਹ ਚਾਏ। ਇੱਥੇ ਹੁਣ ਆਪਾਂ ਐਂਡ ਕਰਦੇ ਹਾਂ ਅੱਜ ਦੇ ਵਲੌਗ ਦਾ। ਚਲੋ ਜੀ ਇੱਥੇ ਹੁਣ ਆਪਾਂ